ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਛੇਤੀ ਤੋਂ ਪਹਿਲਾਂ ਇਹ ਕੰਮ ਕਰੂ ਨਹੀਂ ਤਾਂ ਲੱਗੇਗਾ ਵੱਡਾ ਝਟਕਾ ਹੋਣੇ ਦੇ ਕੇ ਪੂਰੀ ਖਬਰ ਖਬਰ ਨਾਲ ਸ਼ੁਰੂ ਕਰਿੰਦੇ ਭਲਾ ਜਿਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਹੱਤੋਂ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਇਨਕਮ ਟੈਕਸ ਰਿਟਰਨ ਪਰ ਹੁੰਦੀ ਆਖਰੀ ਤਾਰੀਖ 31 ਦਸੰਬਰ 2021 ਨੂੰ ਖਤਮ ਹੋ ਗਈ ਜੋ ਇਨਕਮ ਟੈਕਸ ਰਿਟਰਨ ਪਰ ਹੁੰਦੀ ਆਖਰੀ ਤਾਰੀਖ ਸੀ ਪਰ ਜੇਕਰ ਤੁਸੀਂ ਅਜੇ ਤੱਕ ਵੀ ਇੱਕ ਵਿੱਤੀ ਸਾਲ 2021 ਦੇ ਮੁਲਾਂਕਣ ਸਾਲ 2021-22 ਲਈ ਇਨਕਮ ਟੈਕਸ ਰਿਟਰਨ ਨਹੀਂ ਭੇਜਿਆ ਚਿੰਤਾ ਨਾ ਕਰਨ ਦੀ ਕੋਈ ਲੋੜ ਨਹੀਂ ਹੈ ਜੀ ਆਹ ਇਹ ਜ਼ਰੂਰੀ ਖਬਰ ਇਨਕਮ ਟੈਕਸ ਰਿਟਰਨ ਦੇਰ ਨਾਲ ਫਾਈਲ ਕਰਨ ਤੇ ਤਹਾਨੂੰ ਕੁਝ ਜੁਰਮਾਨਾ ਭਰਨਾ ਪਰਨਾ ਪਏਗਾ 31 ਮਾਰਚ 2022 ਤੱਕ ਦਾਇਰ ਕੀਤਾ ਜਾ ਸਕਦਾ ਹੈ ਆਈਟੀਆਰ ਜੇਕਰ ਤੁਸੀਂ 31 ਦਸੰਬਰ 2021 ਤੱਕ ਇੰਕਮ ਟੈਕਸ ਰਿਟਰਨ ਫਾਈਲ ਨਹੀਂ ਕੀਤਾ ਤੁਸੀਂ 31 ਮਾਰਚ 2022 ਤੱਕ ਆਪਣੀ ਇੰਕਮ ਟੈਕਸ ਰਿਟਰਨ ਫਾਈਲ ਕਰ ਸਕਦੇ ਹੋ ਪਰ ਇਸ ਲਈ ਤੁਹਾਨੂੰ ਜੁਰਮਾਨਾ ਭਰਨਾ ਹੋਵੇਗਾ ਲੇਟ ਫਾਈਲ ਕਰਨ ਵਾਲਿਆਂ ਨੂੰ ਪਲੈਂਟੀ ਫੀਸ ਅਦਾ ਕਰਨੀ ਪੈਗੀ ਕਿੰਨਾ ਜੁਰਮਾਨਾ ਜੇਕਰ ਤੁਸੀਂ ਆਮ ਆਮਦਨ ਟੈਕਸ ਰਿਟਰਨ ਭਰਨ ਦੀ ਅੰਤਿਮ ਤਾਰੀਖ 31 ਦਸੰਬਰ 2021 ਤੋਂ ਮਲਾਂਕਨ ਸਾਲ 2021 ਦੀ ਰਿਟਰਨ ਫਾਈਲ ਕੀਤੀ ਹੈ ਤਾਂ 5000 ਰੁਪਏ ਦਾ ਜੁਰਮਾਨਾ ਪੰਨਾ ਪੈਗਾ ਜੇਕਰ ਆਮਦਨ 5 ਲੱਖ ਰੁਪਏ ਤੋਂ ਘੱਟ ਹੈ ਤਾਂ 1000 ਰੁਪਏ ਦਾ ਜੁਰਮਾਨਾ ਦੇਣਾ ਪਵੇਗਾ ਖਵਲਾਸ ਦੇਖ ਲੈਣੇ ਤੁਹਾਡਾ ਬਹੁਤ ਬਹੁਤ ਧੰਨ